ਅੱਜ ਦੇ ਜਿਹੜੇ ਬੱਚੇ ਨੇ ਉਹ ਬਹੁਤ ਜ਼ਿਆਦਾ ਆਰਟਿਸਟਾਂ ਦੀ ਸੰਭਾਲ ਕਰਦੇ ਨੇ ਕਦਰ ਕਰਦੇ ਨੇ ਜਿਹੜੇ ਪੁਰਾਣੇ ਆਰਟਿਸਟ ਨੇ ਉਹਨਾਂ ਦੀ ਬਹੁਤ ਕਦਰ ਕੀਤੀ ਜਾਂਦੀ ਆ ਰਿਸ਼ੀ ਮੈਮ ਨੇ ਸਰਦਾਰ ਸੋਹੀ ਜੀ ਨੇ ਜਿੰਨੇ ਵੀ ਪੁਰਾਣੇ ਨੇ ਹਨਾ ਤੇ ਉਹਨਾਂ ਸਾਰਿਆਂ ਨੂੰ ਬਹੁਤ ਜ਼ਿਆਦਾ ਇੱਜ਼ਤ ਆ ਉਹਨਾਂ ਦਾ ਕੀਤਾ ਜਾਂਦਾ ਮੈਂ ਇਸ ਚੀਜ਼ ਲਈ ਮੈਂ ਜਿਹਨੇ ਨਵੇਂ ਕਲਾਕਾਰ ਨੇ ਉਹਨਾਂ ਨੂੰ ਮੈਂ ਐਪਰੀਸ਼ੀਏਟ ਕਰਦੀ ਆ ਵੀ ਉਹ ਬਹੁਤ ਨਾਈਸ ਨੇ ਬੱਚੇ ਤੇ ਉਹ ਆਪਣੇ ਵੱਡਿਆਂ ਦੀ ਇੱਜ਼ਤ ਕਰਦੇ ਨੇ ਹੁਣ ਐਮੀ ਹੁਰਨਾ ਫਿਲਮ ਕੀਤੀ ਐਮੀ ਇੰਨਾ ਪਿਆਰਾ ਬੱਚਾ ਹੈ ਨਾ ਮਤਲਬ ਕਿ ਉਹਨੇ ਆ ਕੇ ਜਦ ਵੀ ਉਹਨਾਂ ਨਾਲ ਸੈੱਟ ਤੇ ਹੋਣਾ ਮਾਂ ਮਾਂ ਕਰਦੇ ਨੇ ਜੱਫੀ ਪਾ ਲੈਣੀ ਐ ਇਦਾਂ ਕਦੇ ਮੈਂ ਜੋ ਚੇਅਰ ਤੇ ਬੈਠੇ ਹੋਣਾ ਉਹਨੇ ਕਦੇ ਮੇਰੇ ਬਰਾਬਰ ਨਹੀਂ ਬਹਿਣਾ ਮੈਨੂੰ ਕਹਿੰਦਾ ਪੁੱਤ ਕੋਈ ਨਾ ਬਹਿ ਜਾ ਨਈ ਮਾਂ ਮੈਨੂੰ ਇੱਥੇ ਸੋਹਣਾ ਲੱਗਦਾ ਉਹਨੇ ਐਂ ਬੈਤ ਲਿਆ ਐਂ ਕਰਕੇ ਬਹਿ ਜਾਣਾ ਮੈਨੂੰ ਐਂ ਲੱਗਦਾ ਜਿਵੇਂ ਲਾਪ ਬੈਠਾ ਮੇਰਾ ਮੇਰਾ ਸਾਰੰਗ ਬੈਠਾ ਹੈ ਸੱਚੀ ਮੈਨੂੰ ਪੁੱਤਾਂ ਵਾਲੀ ਫੀਲਿੰਗ ਆਉਂਦੀ ਸੀ ਮੈਂ ਕਿ ਆਪਣਾ ਆਪਣਾ ਸਾਡੇ ਪੰਜਾਬੀ ਪੰਜਾਬੀਆਂ ਚ ਹਾਂ ਗਿੱਪੀ ਵੀ ਇਦਾਂ ਹੀ ਆ ਹਨਾ ਸਾਰੇ ਸਾਡੇ ਇੱਦੀ ਪਿਆਰ ਕਰਦੇ ਨੇ ਤੇ ਮੈਨੂੰ ਬਹੁਤ ਚੰਗਾ ਲੱਗਦਾ ਹੁੰਦਾ ਜਦੋਂ ਨਾ ਵੀ ਕੋਈ ਤੁਹਾਨੂੰ ਇੰਨਾ ਮਾਂ ਵਾਂਗੂ ਸਮਝ ਕੇ ਪਿਆਰ ਕਰਦਾ ਤੇ ਮੈਨੂੰ ਆਈ ਲੱਗਦਾ ਵੀ ਸਾਰੇ ਮੇਰੇ ਬੱਚੇ ਨੇ ਇਹ